ਪੰਜਾਬ ਦੀ ਜਦਾਬ ਦੀ ਪੈਦਾਇਸ਼ ਹੋਈ ਹੈ ਤਾਂ ਇੱਕ ਦਾਈ ਜਿਹੜੀ ਸਭਨਾਂ ਦੇ ਘਰੇ ਜਾਂਦੀ ਸੀ ਬੱਚਾ ਹੋਣ ਪਰ ਉਹਨੂੰ ਬੁਲਾਇਆ ਗਿਆ ਤਾਂ ਉਸ ਦਾਈ ਉਸ ਮਹੱਲੇ ਦੇ ਬੱਚੇ ਦੇਖਿਆ ਕਰਦੇ ਸੀ ਕਿ ਜਨਮੀ ਮਾਈ ਕਿਸੇ ਦੇ ਘਰ ਜਾਂਦੀ ਹੈ ਬੱਚਾ ਪੈਦਾ ਹੁੰਦਾ ਹੈ ਤਾਂ ਉੱਥੋਂ ਕੁਛ ਨਾ ਕੁਛ ਮਿਲਦਾ ਖਾਣ ਲਈ ਉਹ ਬੱਚਿਆਂ ਨੂੰ ਵੰਡਿਆ ਕਰਦੀ ਸੀ ਜਿਸ ਦਿਨ ਸਖੀ ਸਰਬਰ ਸੁਲਤਾਨ ਲਾਲਾਂ ਵਾਲਿਆਂ ਦੀ ਪੈਦਾਇਸ਼ ਹੋਈ ਉਸ ਮਾਈ ਨੂੰ ਬੁਲਾਇਆ ਗਿਆ ਪਰ ਗਰੀਬੀ ਦਾ ਇੰਨਾ ਆਲਮ ਕਿ ਘਰ 'ਚ ਦਾਈ ਨੂੰ ਦੇਣ ਨੂੰ ਕੁਝ ਵੀ ਨਾ ਆਪ ਦੀ ਪੈਦਾਇਸ਼ ਹੋ ਗਈ ਤਾਂ ਆਪ ਦੀ ਮਾਈ ਸਖੀ ਸਰਬਰ ਲਾਲਾਂ ਵਾਲਿਆਂ ਦੀ ਆਪਣੇ ਘਰ ਵਾਲੇ ਨੂੰ ਕਹਿੰਦੀ ਹੈ ਕਿ ਆਪਣੇ ਅੱਲਾ ਨੇ ਖੁਸ਼ੀ ਦਿਖਾਈ ਹੈ ਇਹ ਪਰ ਖਾਲੀ ਜਾ ਰਹੀ ਹੈ ਘਰ 'ਚੋਂ ਇਹ ਨਹੀਂ ਹੋਣਾ ਚਾਹੀਦਾ ਕੁਝ ਨਾ ਕੁਝ ਇਹਨੂੰ ਜ਼ਰੂਰ ਦਿਓ ਉਹ ਕਹਿਣ ਲੱਗੇ ਘਰ 'ਚ ਤਾਂ ਕੁਝ ਵੀ ਨਹੀਂ ਹੈ ਕੀ ਦਈਏ ਕਿ ਇੱਦਾਂ ਕਰੋ ਫਲਾਣੇ ਘੜੇ ਦੇ ਵਿੱਚ ਥੋੜੇ ਜਿਹੇ ਜੌ ਪਏ ਨੇ ਉਹ ਇਹਦੀ ਝੋਲੀ 'ਚ ਪਾ ਦਿਓ ਖਾਲੀ ਨਾ ਪਏ ਕਹਿਣ ਲੱਗੇ ਅੱਛਾ ਉੱਥੇ ਉੱਠ ਕੇ ਜਾ ਕੇ ਉਹਨਾਂ ਨੇ ਘੜੇ ਦੇ ਵਿੱਚੋਂ ਜੌ ਚੁੱਕੇ ਚੁੱਕੇ ਮਾਈ ਦੇ ਪੱਲੇ 'ਚ ਪਾ ਦਿੱਤੇ ਮਾਈ ਵੀ ਸਮਝ ਗਈ ਕਿ ਘਰ 'ਚ ਕੁਛ ਨਹੀਂ ਹੈ ਤਾਂ ਹੀ ਮੈਨੂੰ ਜੌ ਦਿੱਤੇ ਨੇ ਜਦ ਮਾਈ ਬਾਹਰ ਨਿਕਲੀ ਤਾਂ ਉਹ ਸਾਰੇ ਬੱਚੇ ਇਕੱਠੇ ਹੋਏ ਖੜੇ ਕਹਿਣ ਲੱਗੇ ਮਾਈ ਲਿਆ ਖਾਣ ਲਈ ਕੁਛ ਦੇ ਅੱਗੇ ਦਿੰਦੀ ਹੈ ਉਹ ਕਹਿਣ ਲੱਗੀ ਕਾਕਾ ਅੱਜ ਤੁਹਾਡੇ ਖਾਣ ਵਾਲੀ ਚੀਜ਼ ਨਹੀਂ ਹੈ ਉਹ ਫਿਰ ਕਹਿੰਦੇ ਨੇ ਕਿ ਨਾ ਮਾਂ ਅੱਗੇ ਤੂੰ ਹਰ ਵਾਰੀ ਸਮਝ ਦਿੰਦੀ ਹੈ ਜਿੱਥੇ ਹੁੰਦਾ ਬੱਚਾ ਕਿ ਨਹੀਂ ਅੱਜ ਨਹੀਂ ਹੈ ਕੋਈ ਚੀਜ਼ ਉਹ ਸਾਰੇ ਮਗਰ ਪੈ ਗਏ ਕਹਿੰਦੇ ਤੂੰ ਦਿੰਦੀ ਨਹੀਂ ਹੈ ਤੇਰੇ ਕੋਲ ਹੈਗੀ ਚੀਜ਼ ਤਾਂ ਜੀ ਉਸ ਮਾਈ ਨੇ ਗੁੱਸੇ ਵਿੱਚ ਆ ਕੇ ਉਹ ਜਿਹੜੇ ਜੌ ਸੀ ਏਦਾਂ ਖਿਲਾਰ ਦਿੱਤੇ ਝੋਲੀ ਚੋਂ ਜਦ ਉਹ ਖਿਲਾਰੇ ਤਾਂ ਉਹ ਸੱਤ ਬਾਦਸ਼ਾਹੀ ਦੇ ਲਾਲ ਬਣ ਗਏ ਸੱਤ ਬਾਦਸ਼ਾਹੀ ਦੇ ਲਾਲ ਬਣੇ ਉਹਨਾਂ ਸਾਰੇ ਬੱਚਿਆਂ ਨੇ ਚੁੱਕ ਲਏ ਲਾਲ ਉਹ ਚੁੱਕੇ ਲਾਲ ਆਪੋ ਆਪਣੇ ਘਰਾਂ ਨੂੰ ਲੈ ਗਏ ਯਾਰ ਉਹ ਸ਼ਾਮ ਹੋਈ ਰਾਤ ਪੈ ਗਈ ਹਨੇਰਾ ਹੋ ਗਿਆ ਜਦ ਘਰਾਂ 'ਚ ਰੱਖੇ ਲਾਲ ਉੱਥੇ ਰੌਸ਼ਨੀ ਹੋ ਗਈ ਤਾਂ ਦੋਸਤੋ ਉੱਥੇ ਕਿਹਾ ਗਿਆ ਕਿ ਲਾਲਾ ਵਾਲਾ ਪੀਰ ਸਭ ਦੇ ਨਾਲ ਝੋਲੀ ਪਾਉਂਦਾ ਏ।